ਖੇਡੀ ਦਾ ਕੋਈ ਗੱਲ ਨੀ ਹੁੰਦੀ ਪੀਕੇ ਹੋਇਆ ਤੇ ਪੀਕੇ ਦੇ ਵਿਚ ਇੱਕ ਗੱਲ ਹੋਵੇਗੀ, ਅਗਰ ਤੂੰ ਤੇ ਮੈਂ ਪੀਕੇ ਰੱਖਿਆ ਪੀਕੇ ਦੇ ਵਿਚ ਵਨ ਐਂਡ ਡਨ ਇੱਕ ਹੀ ਪੀਕੇ ਹੋਵੇਗਾ, ਉਹਦੇ ਵਿਚ ਗਲਵਜ਼ ਨਾਟ ਅਲਾਊਡ। ਨਹੀਂ ਗਲਵਸ ਰੱਖਾਂਗੇ, ਨਾਟ ਅਲਾਊਡ। ਨਹੀਂ ਨਹੀਂ ਕੋਈ ਨਾ ਕੋਈ ਲਾ ਜਾਂਦਾ। ਨਹੀਂ ਮੇਰੀ ਗੱਲ ਸੁਣੋ, ਗੱਲ ਸੁਣੋ ਮੇਰੀ, ਇਹ ਨਹੀਂ ਗਲਵਸ ਦਾ ਵੀ 3000 ਸਕੋਰ ਮਾਰੀਏ 15 ਲੱਖ ਹੋ ਜਾਣਾ ਗਲਵਸ, ਨਹੀਂ ਫਿਰ ਟੇਲ ਲੱਗੇ ਤੇ ਸਿੰਗਲ ਸਿੰਗਲ ਚ ਲੱਗੇ ਨਾ ਇਹ ਜੀ। ਨਹੀਂ ਕਾਲੇ ਭਾਈ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਗੇਮ ਜਿਹੜੀ ਵੀ ਹੁੰਦੀ ਹੈ ਨਾ, ਕ੍ਰਿਕਟ ਹੋਵੇ ਜੋ ਵੀ, ਜਿਹਦੇ ਵਿੱਚ ਉਹਦੇ ਵਿੱਚ ਚੀਜ਼ਾਂ ਅਲਾਊ ਕੀਤੀਆਂ। ਬਾਜੀ ਆਪਣੀ ਗੱਲ, ਤੁਸੀਂ ਆਪਣੀ ਗੱਲ ਕੀਤੀ, ਮੈਂ ਰਾਈਟ ਕਹਿ ਰਿਹਾ, ਮੈਂ ਗਲਤ ਨਹੀਂ ਕਹਿ ਰਿਹਾ, ਗਲਵਸ ਨਾਟ ਅਲਾਊਡ ਹੋਏਗਾ। ਅਗਰ ਸਿੰਗਲ ਦੇ ਵਿੱਚ ਬਿਲ ਫਰਜ਼ ਮੈਂ ਮਿਲੀਅਨ ਮਾਰਨਾ ਤੇ ਪਤਾ ਲੱਗੇ ਫਲਾਣੇ ਬੰਦੇ ਮਿਲੀਅਨ ਮਾਰਿਆ, ਇਹ ਕੀ ਹੋਇਆ ਵੀ ਗਲਵਸ ਤੇ ਗਲਵਸ ਚਾੜੀ ਰੱਖੋ ਤੇ ਠੋਕੀ ਰੱਖੋ ਠੋਕੀ ਰੱਖੋ। ਸਰ ਤੁਸੀਂ ਵੀ ਲੈ ਕੇ ਆਓ, ਇਹ ਚੀਜ਼ਾਂ ਉਹਨੇ ਬਣਾਈਆਂ ਤਾਂ ਨੇ ਖੇਡਣ ਵਾਸਤੇ, ਗੇਮ ਦਾ ਹਿੱਸਾ ਨੇ ਕਾਲੇ। ਯਾਰ ਉਹ ਠੀਕ ਹੈ ਲੇਕਿਨ ਗਲਵਸ ਨਾ ਲਾਓ। ਨਵੀਦ ਭਾਈ ਆਪ ਸੁਣ ਰਹੇ ਹੋ, ਬੋਲੇ ਕੀ ਕਰ ਰਹੇ ਹੋ? ਮੈਂ ਰਾਈਟ ਕਿਹਾ ਸਾਜੀ, ਦੇਖੋ ਮੇਰੀ ਗੱਲ ਸੁਣ। ਵੈਸੇ ਓਪਨ ਮੈਚ ਖੇਲਾਂਗੇ ਜ਼ਿਆਦਾ ਸਹੀ ਰਹਾਂਗੇ। ਓਪਨ ਦਾ ਮਤਲਬ ਯਾਨੀ ਓਪਨ ਮਤਲਬ ਹਰ ਚੀਜ਼ ਅਲੋ, ਇਹ ਮਤਲਬ ਡਬਲ ਤੇ ਆਇਆ ਹੈ, ਉਸ ਤੋਂ ਇਲਾਵਾ ਗਲਵਜ਼ ਵਗੈਰਾ ਅਲੋ ਹੁਣ। ਅਗਰ ਗਲਵਜ਼ ਨਾ ਵੀ ਹੋਇਆ ਮੇਰੀ ਗੱਲ ਸੁਣ ਲੈ, ਤੇ ਗਲਵਜ਼ ਨਾਲ ਤੈਨੂੰ ਕੀ ਰੀਜ਼ਨ ਹੈ? ਗਲਵਜ਼ ਨਾਲ ਰੀਜ਼ਨ ਜਦੋਂ ਮੈਨੂੰ ਨਹੀਂ ਹੈ, ਗਲਵਜ਼ ਨਹੀਂ ਹੋਏਗਾ। ਦੇਖੋ ਅਸੀਂ ਖੇਡਣਾ, ਦੇਖੋ ਅਸੀਂ ਯੂਸਫ ਨੇ ਮੈਚ ਰੱਖਿਆ, ਥੋੜੇ ਲੋਕ ਉਹਨਾਂ ਦਾ ਇਹਸਾਸ ਕਰਦੇ। ਯੂਸਫ ਦਾ ਮੈਚ ਹੋਇਆ, ਮੇਰੀ ਗੱਲ ਸੁਣ ਲੈ, ਮੈਚ ਬੜਾ ਵੱਡਾ ਹੋਇਆ, ਉਹ ਦੇਖ ਬੰਦਾ ਅਫੀਸ਼ੀਅਲ ਡਬਲ ਨਹੀਂ ਸੀ, ਉਹਦੇ ਵਿੱਚ ਗਲਵਜ਼ ਵੀ ਨਹੀਂ ਸੀ, ਨਹੀਂ ਸੀ ਡਬਲ ਵੀ ਨਹੀਂ ਸੀ, ਡਬਲ ਵੀ ਨਹੀਂ ਸੀ। ਫਿਰ ਚਾਸ ਆਵੇਗੀ ਮੈਚ ਖੇਡਣ ਦੀ, ਸਿੰਗਲ ਹੋਵੇਗਾ, ਗਲਵਜ਼ ਅਲਾਊਡ ਨਹੀਂ ਹੋਏਗਾ, ਡਬਲ ਜਿੰਨਾ ਮਰਜ਼ੀ ਮਾਰੋ। ਮੇਰੀ ਗੱਲ ਸੁਣ ਲਾ, ਬਾਜ਼ ਔਕਾਤ ਚੇਂਜ ਹੋਵੇਗਾ, ਮੇਰੀ ਗੱਲ ਸੁਣ ਇੱਕ ਮਿੰਟ, ਤੂੰ ਤੇ ਮੈਂ ਕਿਸੇ ਨੂੰ ਨਹੀਂ ਕਵਾਂਗੇ ਗਲਵਜ਼, ਜਦੋਂ ਤੂੰ ਤੇ ਮੈਂ ਰੋਕਾਂਗੇ ਨਹੀਂ ਨਾ, ਗਲਵਜ਼ ਨਹੀਂ ਲੱਗੇਗਾ। ਆਪਾਂ ਆਪਣੇ ਬੰਦਿਆਂ ਨੂੰ ਕਹਿ ਦਿਆਂਗੇ ਗਲਵਜ਼ ਨਾਟ ਅਲਾਊਡ, ਗਲਵਜ਼ ਲੱਗਣਾ ਹੀ ਨਹੀਂ ਚਾਹੀਦਾ, ਕੋਈ ਬੰਦਾ ਗਲਵਜ਼ ਨਾ ਲਾਓ, ਠੀਕ ਹੈ? ਅੱਛਾ ਸਰ ਜੀ, ਨਦੀਪ ਭਾਜੀ ਮੇਰੀ ਗੱਲ ਸੁਣੋ, ਨਦੀਪ ਭਾਈ ਗੱਲ ਸੁਣੋ, ਅਗਰ ਗਲਵਜ਼ ਲਾ ਕੇ ਬੰਦਾ ਲੱਖ ਸਕੋਰ ਮਾਰਦਾ ਤਾਂ ਕਿੰਨਾ ਸਕੋਰ ਬਣ ਜਾਏਗਾ? ਦੇਖੋ ਮੈਂ ਅੱਲਾ ਮਾਫੀ ਦੇ ਕਿਸੇ ਉਹਦੇ ਨਾਲ ਮੈਂ ਇਸ ਚੀਜ਼ ਦੇ ਵਿੱਚ ਆਈ ਨੀ ਕਿ ਮੈਂ ਵੀ ਫਰਾਡ ਕਰਕੇ ਇਸ ਤੇ, ਅਗਰ ਬਾਈ ਚਾਂਸ ਕੋਈ ਲਾ ਦਿੰਦਾ ਜਿਹਨੂੰ ਨਹੀਂ ਸੀ ਪਤਾ ਜਾਂ ਜੋ ਵੀ ਸੀ ਕੋਈ ਲਗਾ ਦਿੰਦਾ, ਫਿਰ ਉਹਦਾ ਕੀ ਹੱਲ ਹੋਏਗਾ? ਮੈਨੂੰ ਗਲਵਜ਼ ਦੇ ਵਿੱਚ ਅਗਰ ਮਿਲੀਅਨ ਵੱਜਦਾ ਤੇ ਮੇਰਾ ਮਿਲੀਅਨ ਤੁਸੀਂ ਕੱਢ ਦਿਆ ਜੇ ਬਾਹਰ। ਕਾਲੇ ਭਾਈ ਉਂਝ ਮੈਦਾਨ ਖੁੱਲਾ ਕਰਾਉਂਦੇ ਹੋ ਤੇ ਗੇਮ ਦੇ ਇਹ ਚੀਜ਼ਾਂ ਤੇ ਨਹੀਂ ਹੁੰਦੇ, ਜੇ ਗੇਮ ਵਿੱਚ ਚੀਜ਼ਾਂ ਹੈਣ ਨੇ ਉਹਨਾਂ ਚੀਜ਼ਾਂ ਅਲਾਉ ਕੀਤੀਆਂ ਨੇ ਉਹ ਚੱਲਣ ਦਿਓ। ਰੱਖਾਂਗੇ ਨਾ ਤੇ ਪੀਕੇ ਮੈਚ ਦੀਆਂ ਪਹਿਲੇ ਡਿਸਾਈਡ ਹੋਣਗੀਆਂ ਪਨਿਸ਼ਮੈਂਟਾਂ ਵੀ, ਉਧਰੋਂ ਤੂੰ ਵੀ ਦੱਸ ਸਕਦੀ ਆ, ਮੈਂ ਵੀ ਦੱਸ ਸਕਦਾ, ਮੈਂ ਪਹਿਲੇ ਆਪਣਾ ਮੁੱਦਾ ਤੁਹਾਡੇ ਅੱਗੇ ਰੱਖ ਦਿੱਤਾ, ਠੀਕ ਹੈ?
ਲੇਕਿਨ ਸਾਡਾ ਕਾਲਾ ਭਰਾ ਹੈ, ਅਸੀਂ ਆਪਸ ਚ ਮੈਚ ਪਹਿਲਾਂ ਦੂਜੇ ਨੇ ਮਿਸਾਲਾਂ ਦੇ ਅੰਦਰ ਮਤਲਬ ਸਾਡਾ ਧੋਣਾ ਹੈ ਇਹਨਾਂ ਨਾਲ। ਅੱਛਾ ਨਵੀਦ ਭਾਈ ਕਹਿੰਦੇ ਨੇ ਡਨ ਕਰੋ। ਨਹੀਂ ਡਨ ਕਰੋ ਠੀਕ ਹੈ, ਲੇਕਿਨ ਮੈਂ ਕਹਿੰਦਾ ਮੈਦਾਨ ਜਿਵੇਂ ਖੁੱਲਾ ਕਰੀਦਾ ਫਿਰ ਜੋ ਕੋ ਦਿਲ ਕੋਈ ਡੰਡਾ ਸੋਟਾ ਜੋ ਕੋ ਦਿਲ ਪਿਆ ਚੱਲੇ ਮੈਨੂੰ ਬੰਦਾ ਠੀਕ ਹੈ ਕਾਲਾ, ਫਿਰ ਜਿਸ ਤਰ੍ਹਾਂ ਲੱਗਿਆ ਕਿ ਇਸ ਤਰ੍ਹਾਂ ਰੱਖਣਾ ਚਾਹੀਦਾ ਰੱਖ ਲੈਣਾ। ਠੀਕ ਹੈ ਠੀਕ ਹੈ, ਮੈਂ ਤੈਨੂੰ ਦੱਸ ਦਿਆਂਗਾ। ਚੱਲ ਠੀਕ, ਲੇਕਿਨ ਕੱਲ ਤੱਕ ਡਨ ਕਰ ਲੈ, ਸਹੀ ਹੈ ਨਾ? ਫਿਰ ਅਸੀਂ ਇਸ ਵੀਕ ਦੇ ਕਾਲਾ ਭਾਈ ਜਿਕਰ ਕਾਲਾ ਭਾਈ ਆ ਕੇ ਰੱਖੋ ਨਹੀਂ ਹੈ। ਹਾਂਜੀ ਠੀਕ ਹੈ, ਕਿਉਂਕਿ ਮੈਂ ਸ਼ੁਰੂ ਤੋਂ ਰੈਂਡਮ ਖੇਡਿਆ ਵਾਂ, ਮੇਰਾ ਸ਼ੁਰੂ ਤੋਂ ਹੀ ਮੈਨੂੰ ਸਾਲ ਹੋ ਗਿਆ। ਟਿਕਟੋਕ ਦੇ ਬੰਦੇ ਇੱਥੇ ਇੱਕ ਦਿਨ ਪੀ ਕੇ ਰੱਖਦੇ ਨੇ, ਚੌਥੇ ਦਿਨ ਫਿਰ ਰੱਖ ਲੈਂਦੇ ਨੇ। ਮੇਰਾ ਅੱਜ ਤੱਕ ਨਹੀਂ ਲੱਗਿਆ, ਠੀਕ ਹੈ ਜਜ਼ਬਾਤ ਚ ਕੀਤੇ ਫੈਸਲੇ ਅਕਸਰ ਬੰਦਾ ਘਾਟੇ ਚ ਜਾਂਦਾ, ਯਾਦ ਰੱਖਿਆ ਜੀ ਮੇਰੀ ਗੱਲ। ਹਾਂਜੀ ਨਹੀਂ ਨਹੀਂ ਸਹੀ ਹੈ, ਮੈਂ ਇਹੀ ਕਹਿ ਨਾ ਤਸੱਲੀ ਨਾਲ ਸਲਾਹ ਕਰ ਲੈ, ਠੀਕ ਹੈ ਜਿਸ ਤਰ੍ਹਾਂ ਲੱਗਦਾ ਉਸ ਤਰ੍ਹਾਂ ਰੱਖ ਲੈਣਾ। ਨਹੀਂ ਨਹੀਂ ਕੋਈ ਰੋਲਾ, ਜਿਸ ਟਾਈਮ ਆਪਣਾ ਮੁਕਾਬਲਾ ਹੋਣਾ ਨਾ ਉਧਰ ਉਧਰ ਹੀ ਮੁਕਾਬਲਾ ਹੋਣਾ, ਉਸ ਟਾਈਮ ਮੁਕਾਬਲੇ ਦੇ ਵਿੱਚ ਠੀਕ ਹੈ। ਕਾਲਾ ਮੇਰੀ ਗੱਲ ਸੁਣ, ਮੇਰਾ ਵੀ ਇਹ ਪਹਿਲਾਂ ਪੀ ਕੇ ਹੋਣਾ ਹਰ ਬੰਦੇ ਦੀ, ਹਾਂ ਜ਼ਾਹਰੀ ਜੀ ਗੱਲ ਹੈ, ਹਾਂ ਇਹ ਤੇ ਹੁੰਦੀ। ਜੀ ਜੀ ਬਿਲਕੁਲ ਜੀ, ਬੰਦੇ ਹਰਦੇ ਵੀ ਰਹਿੰਦੇ ਨੇ, ਬੜਾ ਬੜਾ ਵੱਡਾ ਪੀ ਕੇ ਬੰਦੇ ਹਰ ਜਾਂਦੇ ਨੇ। ਕਿਹੜੀ ਗੱਲ, ਬੜੀ ਬੜੀ ਤਗੜੀ ਸਨੈਪ ਹੋ ਜਾਂਦੀ, ਬੜੀ ਬੜੀ ਤਗੜੀ ਸਨੈਪ ਹੋ ਜਾਂਦੀ ਸਨੈਪ ਕੱਲ ਵੇਖਣ ਵਾਲੀ ਸੀ, ਨਾਲ ਮੇਰਾ ਮੈਚ ਲੱਗਿਆ ਸੀ, ਉਹ ਸਨੈਪ ਵੇਖਣ ਵਾਲੀ ਸੀ। ਅੱਛਾ ਹਾਂ, ਉਹ ਸਾਇਲੈਂਟ ਨੇ ਮਾਰੀ ਸੀ ਸਨੈਪ, 2.5 ਲੱਖ ਦੀ ਸਨੈਪ, ਉਹ ਸਨੈਪ ਸੀ, ਚਸ ਬੜੀ ਆਈ ਉਹ ਸਨੈਪ ਦੀ। ਮੈਨੇ ਕੱਲ ਪਹਿਲੇ ਮੈਚ ਵਿੱਚ ਮੁਰਸ਼ਦ ਭਾਈ ਦੀ ਤਰਫੋਂ ਤੁਹਾਡੀ ਤਰਫੋਂ ਜਿਹੜੀ ਸਨੈਪ ਸੀ ਉਹ ਵੀ ਚੰਗੀ, ਭਾਵੇਂ ਥੋੜੀ ਜਿਹੀ ਚੌਕੀ ਵੀ ਗੱਲ ਹੁੰਦੀ ਹੈ ਜੇ ਮੈਚ ਇੱਕ ਜਿਸ ਲੈਵਲ ਦਾ ਮੈਚ ਹੋ ਰਿਹਾ ਉਸ ਲੈਵਲ ਦੀ ਸਨੈਪ ਹੋਈਏ ਥੋੜੀ ਜਿਹੀ ਮਜ਼ਾ ਆਉਂਦਾ, ਪਰ ਟਾਈਮਿੰਗ ਬੜੀ ਹੈ ਨਾ, ਟਾਈਮਿੰਗ ਜਨਾਬ ਬੜੀ, ਉਹ ਆਖਰੀ ਸੈਕਿੰਡ ਤੋਂ ਮੇਰਾ ਲਿਆ ਥੱਲੇ ਆ ਕੇ ਮਾਰੀ ਉਹਨਾਂ ਨੇ। ਹਾਂਜੀ ਗੱਲ ਹੀ ਹੁੰਦੀ। ਚਲੋ ਸਹੀ ਹੈ ਫਿਰ, ਠੀਕ ਹੈ ਮੈਂ ਹੁਣ ਚੱਲਦਾ, ਓਕੇ ਹੋ ਗਿਆ, ਲਾਲਾ ਮਿਲਦੇ ਆ ਬਹੁਤ ਜਲਦ ਇਨਸ਼ਾਅੱਲਾ। ਓਕੇ ਅੱਲਾ ਦੇ ਬਾਲੇ ਜਨਾਬ, ਅੱਲਾ ਖੁਸ਼ ਰੱਖੇ। ਟਰੈਕਟਰ ਵਿਚਾਣਾ ਇਹ ਗੱਲ ਯਾਦ ਰੱਖੀ ਕਲਿਆ, ਮੈਂ ਉਦੋਂ ਦੇਰ ਤੱਕ ਨਾ ਛੱਡਣਾ ਨਹੀਂ ਜਿੰਨਾ ਟਰੈਕਟਰ ਨਾ ਹੋਵੇ।
ਬਚਵਾ ਟਰੈਕਟਰ ਸਾਡੇ ਘਰ ਵੀ ਖਲੋਤੇ ਨੇ, ਕੋਈ ਗੱਲ ਬਾਰ ਨਹੀਂ ਨਾ ਬਚਵਾਣਿਆ ਸੀ। ਨਹੀਂ ਸਾਡਾ ਅਨਮੋਲ ਟਰੈਕਟਰ ਅਨਮੋਲ ਟਰੈਕਟਰ ਰਾਫੀ ਦਾ ਟਰੈਕਟਰ ਅੱਲਾ ਮੇਰੇ ਵੀਰਾਂ ਦੀ ਹਯਾਤੀ ਕਰੇ, ਕੱਲ ਉਹਨਾਂ ਦੀ ਹਯਾਤੀ ਚ ਤੇ ਨਹੀਂ ਵਿਕਣ ਲੱਗਿਆ। ਪੰਜ ਲੈ ਦੇਣ, ਅਸੀਂ ਵੀ ਇੱਕ ਲੈ ਦੇਸਾਂ, ਨੋ ਪ੍ਰੋਬਲਮ। ਪੰਜ ਨਹੀਂ ਵੀ ਉਹ ਨਹੀਂ ਵਿਕਣ ਦੇਣਗੇ ਜਿਹੜਾ ਮੈਂ ਚਲਾਉਂਦੀ। ਉਹ ਵਾਲਾ ਅਸੀਂ ਉਹਦੇ ਪਿੱਛੇ ਪਏ ਆ। ਤੈਨੂੰ ਚੋਖਾ ਦੇਵੇ ਸਾਡੀ ਤੇ ਦੁਆ, ਠੀਕ ਹੈ? ਹਾਂਜੀ ਬਾਕੀ ਤੁਹਾਡਾ ਅਕਸਰ ਜ਼ਿਕਰ ਹੁੰਦਾ ਹੈ, ਜਿਹਨੇ ਜਿਹਨਾਂ ਨੇ ਵੀ ਗੱਪ ਸ਼ਪ ਇੱਧਰ ਅੱਗੇ ਵੀ ਗੱਲ ਕੀਤਾ ਹੈ ਭਾਈ, ਦੁਨੀਆਂ ਭਰੀ ਇੱਕ ਦੁਨੀਆਂ ਟਿਕਟੋਕ ਦੁਨੀਆਂ ਭਰੀ ਪਈ ਹੈ, ਲੇਕਿਨ ਕਿਸੇ ਕਿਸੇ ਜੀ ਨਾਲ ਬੰਦੇ ਦਾ ਉਹ ਕਿਸੇ ਕਦੀ ਲਾਈਕਿੰਗ ਕਿਸੇ ਕਿਸੇ ਨਾਲ ਹੁੰਦੀ ਹੈ। ਸਭ ਤੋਂ ਨਦੀਮ ਭਾਜੀ, ਸਭ ਤੋਂ ਪਹਿਲੀ ਗੱਲ ਇਹ ਕਿ ਮੈਂ ਕਦੀ ਵੀ ਆਪਣੇ ਕੋਸ਼ਿਸ਼ ਦੇ ਮੁਤਾਬਕ ਆਪਣੀ ਜ਼ੁਬਾਨ ਔਰ ਆਪਣੇ ਲਫ਼ਜ਼ ਜਿਹੜੇ ਨੇ ਇਹਨਾਂ ਨੂੰ ਕੰਟਰੋਲ ਰੱਖਣਾ, ਔਰ ਦੂਸਰੀ ਮੈਂ ਕੰਮ ਨਹੀਂ ਕੀਤਾ ਜਿਹੜੀ ਵਜ੍ਹਾ ਤੋਂ ਮੈਂ ਤੁਹਾਡੇ ਦਿਲਾਂ ਵਿੱਚੋਂ ਲਵਾਂ, ਕੰਮ ਵੀ ਕਦੀ ਨਹੀਂ। ਬਹੁਤ ਵਧੀਆ ਗੱਲ ਹੈ। ਔਰ ਜਿਹੜੀ ਜ਼ੁਬਾਨ ਹੈ ਨਾ, ਜ਼ੁਬਾਨ ਇਹ ਜ਼ੁਬਾਨ ਤੇ ਤੁਹਾਡਾ ਕੰਟਰੋਲ ਹੈ, ਤੁਸੀਂ ਦੁਨੀਆਂ ਤੇ ਰਾਜ ਕਰ ਸਕਦੇ ਹੋ। ਤੁਹਾਡੀ ਜ਼ੁਬਾਨ ਗੰਦੀ ਹੈ, ਤੁਹਾਨੂੰ ਘਰ ਵਾਲੇ ਟੁੱਕਰ ਨਾ ਦੇਣਗੇ। ਮਗਰੋਂ ਸਾਨੂੰ ਹੋਏ ਆ